ਬੜੀ ਮੰਦਭਾਗੀ ਘਟਨਾ ਤੁਹਾਡੇ ਇਲਾਕੇ 'ਚ ਘਟੀ ਹੈ, ਪਿੱਛੇ ਬਿਹਾਈਂਡ ਇਹਦੀ ਕਹਾਣੀ ਕੀ ਸੀ, ਇਨਫੋਰਮੇਸ਼ਨ ਕੀ ਤੁਹਾਡੇ ਕੋਲ ਹੁੰਦਾ? ਸਰ ਜਿਹੜੀ ਕੱਲ੍ਹ ਇੱਥੇ ਤਕਰੀਬਨ 7 ਵਜੇ ਦਾ ਇੰਸੀਡੈਂਟ ਹੈਗਾ, ਇੱਕ ਜਸਪਾਲ ਸਿੰਘ ਏਲੀਅਸ ਅਠਿਆਨੀ ਹੈ ਅਤੇ ਇਹ ਟਰੱਕ ਯੂਨੀਅਨ ਦੇ ਜਿਹੜਾ ਬਾਹਰ ਉੱਥੇ ਨੇੜੇ ਸੀਗਾ, ਉੱਥੇ ਇਸ 'ਤੇ 2 ਬੰਦਿਆਂ ਨੇ ਜਿਹੜਾ ਹੈਗਾ ਉਹ ਅਟੈਕ ਕੀਤਾ, ਜਿਹੜੇ ਅਤੇ ਬਾਕੀ ਜਿਹੜੇ ਸੀਗੇ ਉਹ ਗੱਡੀ ਵਗੈਰਾ 'ਚ ਬੈਠੇ ਸੀਗੇ, ਅਤੇ ਜਿਹਨੂੰ ਅਸੀਂ ਉੱਥੇ ਇਮੀਡੀਏਟਲੀ ਜਿਹੜਾ ਸਿਵਲ ਹੋਸਪਿਟਲ ਬਠਿੰਡੇ ਸ਼ਿਫਟ ਹੋਇਆ, ਜਿੱਥੇ ਦੌਰਾਨੇ ਇਲਾਜ ਦੀ ਜਿਹੜੀ ਡੈਥ ਹੋ ਗਈ ਹੈ, ਅਤੇ ਜਿਸ ਸੰਬੰਧੀ ਅਸੀਂ ਐੱਫ ਆਈ ਆਰ ਨੰਬਰ 78 ਅੰਡਰ ਸੈਕਸ਼ਨ 103 ਅਤੇ 3 ਅੰਡਰ ਬ੍ਰੈਕਟ 5 ਅਤੇ 61(2) ਜਿਹੜਾ BNS ਥਾਣਾ ਮੌੜ ਵਿਖੇ ਜਿਹੜਾ ਅਸੀਂ ਕੇਸ ਰਜਿਸਟਰ ਕਰਤਾ। ਕਹਾਣੀ ਕੀ ਅਸਰ ਇਸਦੇ ਪਿੱਛੇ? ਕਹਿੰਦੇ ਪਹਿਲਾਂ ਵੀ ਪੁਰਾਣੀ ਰੰਜਿਸ਼ ਸੀ, ਪਹਿਲਾਂ ਕਤਲ ਹੋਇਆ ਸੀ, ਪਰੋਲ 'ਤੇ ਇਹ ਬੰਦਾ ਆਇਆ ਹੋਇਆ ਸੀਗਾ, ਬਿਹਾਈਂਡ ਸਟੋਰੀ ਕੀ ਹੈ? ਸਰ ਇੱਕ ਨਾ 2020 ਦਾ ਇੱਕ 148 ਨੰਬਰ ਮੁਕੱਦਮਾ ਹੈ, 2020 ਦਾ ਅੰਡਰ ਸੈਕਸ਼ਨ 302 ਕਤਲ ਦਾ ਮੁਕੱਦਮਾ ਸੀਗਾ, ਅਤੇ ਉਹ ਉੱਥੇ ਇੱਕ ਅਮਰਿੰਦਰ ਸਿੰਘ ਮੰਜਾ ਜਿਹੜਾ ਨਾਂ ਦਾ ਇੱਥੇ ਵਿਅਕਤੀ ਸੀਗਾ, ਅਤੇ ਇਹ ਹਮ ਉਮਰ ਸੀਗੇ ਸਾਰੇ, ਇਹ ਗਰੁੱਪਿਜ਼ਮ ਜਿਵੇਂ ਹੁੰਦਾ, ਅਤੇ ਉਹਦਾ ਕਤਲ ਹੋਇਆ ਸੀਗਾ, ਜਿਸ ਦੇ ਰਿਗਾਰਡਿੰਗ ਜਿਹੜਾ ਪਰਚਾ ਜਿਹੜਾ ਮੈਂ ਤੁਹਾਨੂੰ ਦੱਸਿਆ 148 ਦਰਜ ਹੋਇਆ ਸੀਗਾ। ਇਹ ਜਿਹੜਾ ਕੱਲ੍ਹ ਜਿਹਦਾ ਇੱਥੇ ਇੰਜਰ ਹੋਇਆ, ਬਾਅਦ 'ਚ ਜਿਹੜਾ ਜਾ ਕੇ ਜਿਹਦੀ ਡੈਥ ਹੋ ਗਈ, ਉਹ ਉਹਦੇ 'ਚ ਵੀ ਦੋਸ਼ੀ ਸੀਗਾ, ਉਹਦੇ 'ਚ ਉਹ ਨਾਮਜ਼ਦ ਸੀਗਾ ਐਜ਼ ਏ ਅਕਿਊਜ਼ਡ, ਅਤੇ ਇਹ ਬੇਲ 'ਤੇ ਆਇਆ ਹੋਇਆ ਸੀਗਾ ਜੇਲ੍ਹ ਤੋਂ ਬਾਹਰ, ਅਤੇ ਬੇਲ 'ਤੇ ਆਇਆ ਸੀਗਾ, ਇਹਨੂੰ ਬੇਲ 'ਤੇ ਆਏ ਨੂੰ ਵੀ ਤਕਰੀਬਨ ਆਲਮੋਸਟ 1.5 ਸਾਲ ਹੋ ਗਿਆ ਸੀਗਾ, ਪਰ ਇਹ ਉੱਦਾਂ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਇਤਲਾਹ ਨਹੀਂ ਸੀ ਵੀ ਇਹਨਾਂ ਦੀ ਕੋਈ ਗਰੁੱਪਬਾਜ਼ੀ ਹਲੇ ਰੰਜਿਸ਼ ਚੱਲ ਰਹੀ ਹੈ, ਅਤੇ ਉਹਨਾਂ ਵੱਲੋਂ ਵੀ ਜਿਹੜਾ ਕੱਲ੍ਹ ਜਿਹਦੀ ਮੌਤ ਹੋਈ ਹੈ, ਉਹਨਾਂ ਵੱਲੋਂ ਵੀ ਕਦੀ ਸਾਨੂੰ ਇਸ ਤਰ੍ਹਾਂ ਦਾ ਅਪਰੋਚ ਨਹੀਂ ਕੀਤਾ ਗਿਆ ਵੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈਗਾ ਜਾਂ ਕਿਸ ਤਰ੍ਹਾਂ ਦਾ ਕੋਈ ਸਾਨੂੰ ਥ੍ਰੈਟ ਹੈਗਾ, ਲੇਕਿਨ ਕੱਲ੍ਹ ਅਚਾਨਕ ਜਿਹੜਾ ਹੈਗਾ ਇੰਸੀਡੈਂਟ ਹੋਇਆ ਜੀ। ਵੀਡੀਓ ਦੇ ਵਿੱਚ ਸਰ ਸਾਫ਼ ਨਜ਼ਰ ਆ ਰਿਹਾ ਕਿੰਨੇ ਕੁ ਬੰਦੇ ਉਹਦੇ ਵਿੱਚ ਤੁਸੀਂ ਆਈਡੈਂਟੀਫਾਈ ਕੀਤੇ ਆ, 2 ਬੰਦੇ ਤਾਂ ਕਲੀਅਰ ਹੀ ਵੀਡੀਓ 'ਚ ਆ ਰਹੇ ਨੇ, ਹੋਰ ਕਿੰਨੇ ਬੰਦੇ ਬਿਹਾਈਂਡ ਇਸ ਦੇ ਪਿੱਛੇ ਨੇ, ਹੁਣ ਤੱਕ ਕੀ ਇਨਵੈਸਟੀਗੇਸ਼ਨ ਦੇ ਪਹੁੰਚੇ ਪੁਲਿਸ ਜੀ? ਅਸੀਂ ਇਨਵੈਸਟੀਗੇਸ਼ਨ ਕੀਤੀ ਹੈ ਜੀ, ਇਹਦੇ 'ਚ ਕੁੱਲ ਜਿਹੜਾ ਐਟ ਪ੍ਰੈਜੈਂਟ ਜਿਹੜਾ 6 ਬੰਦਿਆਂ 'ਤੇ ਮੁਕੱਦਮਾ ਦਰਜ ਕੀਤਾ, ਅਤੇ ਉਹਨਾਂ ਨੂੰ ਅਸੀਂ ਐਪਰੀਹੈਂਡ ਕਰਨ ਲਈ ਜਿਹੜੀਆਂ ਟੀਮਸ ਹੈਗੀਆਂ ਉਹ SSP ਸਾਹਿਬ ਜਿਹੜੇ ਬਠਿੰਡਾ, ਸ਼੍ਰੀ ਦੀਪਕ ਪਾਰਕ IPS ਆਫਿਸਰ, ਉਹਨਾਂ ਦੀ ਜਿਹੜੀ ਡਾਇਰੈਕਟ ਸੁਪਰਵੀਜ਼ਨ 'ਤੇ ਜਿਹੜਾ ਤਹਿ 'ਤੇ ਚੱਲ ਰਿਹਾ ਸਾਰਾ ਜਿਹੜੀ ਹੁਣ ਇਨਵੈਸਟੀਗੇਸ਼ਨ ਹੈ, ਅਤੇ ਟੀਮ ਸਾਡੀ ਆਲਰੇਡੀ ਰਵਾਨਾ ਹੋ ਚੁੱਕੀ ਹੈ ਉਹਨਾਂ ਨੂੰ ਅਰੈਸਟ ਕਰਨ ਲਈ, ਅਤੇ ਜਲਦੀ ਜਿਹੜਾ ਉਹਨਾਂ ਨੂੰ ਅਰੈਸਟ ਕਰ ਲੂੰਗਾ, ਅਤੇ ਮੈਂ ਇਸ ਗੱਲ ਦਾ ਭਰੋਸਾ ਦਵਾਉਣਾ ਸਾਰੇ ਮੌੜ ਵਾਸੀਆਂ ਨੂੰ ਵੀ ਇਹ 1-off ਇੰਸੀਡੈਂਟ ਹੈਗਾ, ਇਸ ਤਰ੍ਹਾਂ ਦਾ ਕੋਈ ਪਹਿਲਾਂ ਵੀ ਇੱਥੇ ਕਦੀ ਕੋਈ ਇੰਸੀਡੈਂਟ ਨਹੀਂ ਹੋਇਆ, ਅਤੇ ਇਹ ਕਦੀ ਵੀ ਦੁਬਾਰਾ ਇਸ ਤਰ੍ਹਾਂ ਦਾ ਰਿਪੀਟ ਨਹੀਂ ਹੋਏਗਾ, ਅਤੇ ਤੁਰੰਤ ਇਹਦੇ ਅਸੀਂ ਜਿਹੜੀ ਕਾਰਵਾਈ ਕਰਕੇ ਜਲਦ ਤੋਂ ਜਲਦ ਇਹਦੇ ਜਿਹੜੇ ਦੋਸ਼ੀ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਾਂਗੇ। ਪਰ ਦੋਸਤ ਜਿਹੜਾ ਮੰਜਾ ਨਾਂ ਦਾ ਬੰਦਾ ਸੀ ਜਿਹਦਾ ਪਹਿਲਾਂ ਕਤਲ ਹੋਇਆ ਸੀ, ਉਹਦੀ ਫੈਮਿਲੀ ਦੇ ਬੰਦੇ ਵੀ ਕੋਈ ਨੋਮੀਨੇਟ ਹੋਏ ਨੇ, ਉਹਦਾ ਹੱਥ ਸੀ ਕਿ ਸਿਰਫ ਦੋਸਤਾਂ ਨੇ ਹੀ ਦੋਸਤ ਦਾ ਬਦਲਾ ਲਿਆ ਜੀ? ਕੁਛ ਤਾਂ ਦੇਖੋ ਇਹਦੇ ਛਲੇ ਜਿਹੜੇ ਮੈਂ ਨਾਂ ਤੁਹਾਨੂੰ ਇਸ ਵੇਲੇ ਮੇਰੀ ਇਨਵੈਸਟੀਗੇਸ਼ਨ ਹੋਣ ਕਰਕੇ ਇਨੀਸ਼ੀਅਲ ਸਟੇਜ 'ਤੇ ਮੈਂ ਡਿਸਕਲੋਜ਼ ਨਹੀਂ ਕਰੂੰਗਾ, ਬਟ ਆਈਡੈਂਟੀਫਾਈ ਸਾਨੂੰ ਹੋ ਗਿਆ, ਵਿੱਚ ਦੋਨੋਂ ਤਰ੍ਹਾਂ ਦੇ ਨੇ ਜੀ, ਇਹਦੇ 'ਚ ਉਹਦੇ ਜਿਹੜਾ ਉਹਨਾਂ ਦਾ ਗਰੁੱਪਿਜ਼ਮ ਜਿਹੜਾ ਸਰਕਲ ਸੀਗਾ, ਅਤੇ ਹੋਰ ਵੀ ਇਸ ਤਰ੍ਹਾਂ ਦੇ ਬੰਦੇ ਆ, ਉਹ ਐਟ ਪ੍ਰੈਜੈਂਟ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦਾ ਜੀ। ਸ਼ੁਰੂ ਦੀ ਜਾਂਚ ਕਹਿ ਸਕਦੇ ਵੀ ਦੋਸਤਾਂ ਨੇ ਦੋਸਤ ਦਾ ਬਦਲਾ ਲਿਆ, ਕਹਿ ਸਕਦੇ ਆਪਾਂ? ਹਾਂ ਕੁਛ ਕੁਛ ਜੀ, ਜਿਹੜੀ ਗਰੁੱਪਿਜ਼ਮ ਜਿਵੇਂ ਅੱਜ ਕੱਲ੍ਹ ਜਿਹੜੀ ਮੰਡੀਰ 'ਚ ਚੱਲਦਾ ਹੈ ਕਿ ਇੱਕ 2020 'ਚ ਪਹਿਲਾਂ ਕਤਲ ਹੋਇਆ, ਉਹ ਆਲਰੇਡੀ ਅੰਡਰ ਆਪਣਾ ਟ੍ਰਾਇਲ ਹੈਗਾ, ਅਤੇ ਉਹਦੀਆਂ ਤਰੀਕਾਂ ਵਗੈਰਾ ਪੈ ਰਹੀਆਂ ਸੀਗੀਆਂ, ਅਤੇ ਉਸ ਤੋਂ ਉਸੇ ਦੀ ਰੰਜਿਸ਼ ਜਿਹੜਾ ਹੈਗਾ ਉਹ ਇਹ ਜਿਹੜਾ ਕਤਲ ਹੋਇਆ ਜੀ ਇਹ। ਬਿਲਕੁਲ, DSP ਰਾਹੁਲ ਭਾਰਤਵਾਜ ਨੇ ਕਹਿ ਰਹੇ ਕਿ ਟੀਮਾਂ ਬਣਾ ਦਿੱਤੀਆਂ ਗਈਆਂ ਨੇ, ਮਾਮਲਾ ਦਰਜ ਕਰ ਲਿਆ, ਔਰ ਜਿਹੜੇ ਜਿਹੜੇ ਵੀ ਬੰਦੇ ਇਸ ਮਾਮਲੇ 'ਚ ਆਰੋਪੀ ਹੋਣਗੇ ਫਿਲਹਾਲ ਸਾਰਿਆਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਔਰ ਜਲਦੀ ਸਲਾਖਾਂ ਦੇ ਪਿੱਛੇ ਹੋਣਗੇ।